ਅਸਲਾਮ ਅਲੈਕੁਮ ਰਹਿਮਤੁਲਾਹੀ ਵਬਰਕਾਤੂ ਇਹ ਮੇਰੇ ਹੱਥੇ ਹੀ ਤੁਸੀਂ ਵੇਖੋ ਇੱਕ ਝੰਡਾ ਹੈ ਜਿਹੜਾ ਰਬੀਉਲ ਅਵਲ ਸ਼ਰੀਫ ਦਾ ਜਿਸ ਨੇ ਵਿਲਾਦਤ ਮੁਸਤਫਾ ਇਹ ਜਿਸ ਨੇ ਵਿਲਾਦਤ ਮੁਬਾਰਕ ਉਤੇ ਲਿਖਿਆ ਹੋਇਆ ਔਰ ਇਹ ਮੈਨੂੰ ਇਹ ਮੈਂ ਨਹਿਰ ਦੇ ਵਿੱਚ ਫਿਰਨਾ ਹੈ ਵੇਖੋ ਤੁਸੀਂ ਆ ਨਹਿਰ ਹੈ ਤੇ ਨਹਿਰ ਗਈ ਸੋਕ ਦਾ ਪਾਣੀ ਖਤਮ ਹੋ ਗਿਆ ਤੇ ਮੈਨੂੰ ਨਹਿਰ ਦੇ ਵਿੱਚੋਂ ਲੱਭਾ ਮੈਂ ਇਹਨੂੰ ਉਠਾਇਆ ਇਥੋਂ ਨਹਿਰ ਦੇ ਵਿੱਚੋਂ ਤੇ ਜਿਨ੍ਹਾਂ ਨੇ ਵੀ ਇਹਨੂੰ ਪਾਣੀ ਦੇ سپرد ਕੀਤਾ ਉਹਨਾਂ ਨੇ ਇਸ ਗਰਦ ਨਾਲ ਇਸ ਨੀਤ ਨਾਲ ਕੀਤਾ ਹੋਸੀ ਕਿ ਇੱਕ ਇਸਤ ਆਸ-ਪਾਸੇ ਬਿਲੇ ਲੱਗ ਜਾਸੀ ਲੇਕਿਨ ਕੋਈ ਵੀ ਬੰਦਾ ਜਿਹੜਾ ਕੁਰਾਨੇ ਮਜੀਦ ਦੇ ਔਰਾਕ ਜਾਂ ਇਸ ਤਰ੍ਹਾਂ ਇਸਲਾਮੀ ਔਰਾਕ ਜਾਂ ਕੋਈ ਇਸ ਤਰ੍ਹਾਂ ਦੀ ਚੀਜ਼ਾਂ ਜਿਹੜੀਆਂ ਹੁੰਦੀਆਂ ਉਹ ਛੋਟੇ ਨਾਲੇ ਜਾਂ ਨਹਿਰਾਂ ਦੇ سپرد ਕਰਦਾ ਨਾ ਤਾਂ ਉਸ ਦਾ ਅੰਜਾਮ ਇਹ ਹੁੰਦਾ ਹੈ ਕਿ ਬਿਲ ਆਖਰ ਪਾਣੀ ਨੇ ਸੁੱਕ ਜਾਣਾ ਹੁੰਦਾ ਹੈ ਜਾਂ ਨਾ ਵੀ ਸੁੱਕੇ ਤੇ ਮੋਗਿਆਂ ਦੇ ਰਾਈ ਜਾਂ ਉਹ ਕਿਸੇ ਨਾ ਕਿਸੇ ਤਰ੍ਹਾਂ ਬਾਹਰ ਆ ਜਾਂਦੇ ਨੇ ਜਿਹਦੀ ਬੇਅਦਬੀ ਹੁੰਦੀ ਔਰ ਬਹੁਤ ਜ਼ਿਆਦਾ ਬੰਦਾ ਗੁਨਾਹ ਦਾ ਮਰਤਕਬ ਹੁੰਦਾ ਹੈ ਤਾਂ ਗੁਜ਼ਾਰਿਸ਼ ਇਹ ਹੈ ਕਿ ਭਾਈ ਸਾਹਿਬ ਅਗਰ ਤੁਸੀਂ ਬਿਲ ਫਰਦ ਇਸ ਤਰ੍ਹਾਂ ਦੇ ਔਰਾਗ ਤੁਹਾਡੇ ਕੋਲ ਹਨ ਵੀ ਤਾਂ ਉਹਨਾਂ ਨੂੰ ਤੁਸੀਂ ਬਿਲ ਲਾਣਾ ਹੈ ਤਾਂ ਸਭ ਤੋਂ ਆਸਾਨ ਔਰ ਬਿਹਤਰ ਔਰ ਖੂਬਸੂਰਤ ਤਰੀਕਾ ਜਿਹੜਾ ਹੈ ਨਾ ਉਹ ਹੈ ਕਿ ਉਹਨਾਂ ਨੂੰ ਤੁਸੀਂ ਦਫਨ ਕਰ ਦਿਓ ਦਫਨ ਕਰਨ ਵਾਲਾ ਜਿਹੜਾ ਜੀ ਸਭ ਤੋਂ ਬੈਸਟ ਤਰੀਕਾ ਹੈ ਉਹਦੇ ਨਾਲ ਕਾਗਜ਼ਾਤ ਦੀ ਇਸ ਤਰ੍ਹਾਂ ਦੇ ਔਰਾਕ ਦੀ ਬੇਅਦਬੀ ਨਹੀਂ ਹੁੰਦੀ ਇਸ ਤੋਂ ਇਲਾਵਾ ਜਿੰਨੇ ਤਰੀਕੇ ਨਾ ਉਹਨਾਂ ਦੇ ਵਿੱਚ ਬੇਅਦਬੀ ਹੁੰਦੀ ਹੈ ਔਰ ਇਹ ਤੁਸੀਂ ਆਪਣੀ ਅੱਖਾਂ ਦੇ ਨਾਲ ਵੇਖ ਲਓ ਇਹ ਤਾਂ ਸਿਰਫ ਇੱਕ ਇਕਲੀ ਦੇ ਉੱਤੇ ਨਾਲਾ ਨੇ ਮੁਬਾਰਕ ਬਣਾਇਆ ਜਾਂ ਇਹ ਜਿਸ ਨੇ ਵਿਲਾਦਤ ਲਿਖ ਹੋਇਆ ਹੈ ਇਸ ਤਰ੍ਹਾਂ ਦੇ ਲੋਕ ਕੁਰਾਨੇ ਮਜੀਦ ਹਾਫ ਹਾਫ ਕੁਰਾਨੇ ਮਜੀਦ ਜਿਹੜੇ ਨਾ ਉਹ ਇਸ ਤਰ੍ਹਾਂ ਵਿੱਚ ਨਹਿਰਾਂ ਦੇ ਲੁੜਾ ਦਿੰਦੇ ਜਿਹੜਾ ਬਹੁਤ ਸਖਤ ਗੁਨਾਹ ਹੈ ਔਰ ਬਹੁਤ ਵੱਡੀ ਬੇਅਦਬੀ ਔਰ ਗੁਸਤਾਖੀ ਹੁੰਦੀ ਹੈ ਕੁਰਾਨੇ ਮਜੀਦ ਤੇ ਤੋ ਮਿਹਰਬਾਨੀ ਕਿ ਇਸ ਤਰ੍ਹਾਂ ਦਾ ਥੋੜਾ ਜਿਹਾ ਗੁਰੇਜ਼ ਅਰ ਪਰਹੇਜ਼ ਕਰਿਆ ਕਰੋ ਇhtiyat ਕਰਿਆ ਕਰੋ ਕਿ ਅਗਰ ਕਾਗਜ਼ਾਤ ਬਿਲੇ ਲਾਣੇ ਵੀ ਹਨ ਤੋ ਉਹਨਾਂ ਨੂੰ ਤੁਸੀਂ ਦਫਨ ਕਰ ਦਿਓ ਥੋੜੇ ਜਿਹਾ ਡੂੰਗਾ ਕਰਕੇ ਕਬਰਸਤਾਨ ਦੇ ਕਿਸੇ ਨੁਕਰ ਦੇ ਸਭ ਤੋਂ ਖੂਬਸੂਰਤ ਔਰ ਬਿਹਤਰੀਨ ਤਰੀਕਾ ਹੈ ਅੱਲਾ ਤਬਾਰਕ ਵਤਾਲਾ ਅਮਲ ਦੀ ਤੋਫੀਕ عطا ਫਰਮਾਏ